ਪ੍ਰਿੰਸੀਪਲ ਸਰਦਾਰ ਸੁਖਬੀਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੁਲਤਾਨਪੁਰ ਲੋਧੀ ਵਿਖੇ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰਿੰਸੀਪਲ ਸਰਦਾਰ ਸੁਖਬੀਰ ਸਿੰਘ ਜੀ ਅਤੇ ਸਰਦਾਰ ਚਿਰਮਲ ਸਿੰਘ ਜੀ ਨੇ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਵਿਦਿਆਰਥੀਆਂ ਦੁਆਰਾ ਸਾਲਾਨਾ ਪ੍ਰੀਖਿਆ ਵਿੱਚ ਕੀਤੀ ਗਈ ਸ਼ਾਨਦਾਰ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਮੂਹ ਅਧਿਆਪਕਾਂ ਦੁਆਰਾ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਰਦਾਰ ਸੁਖਬੀਰ ਸਿੰਘ ਜੀ, ਸਟੇਟ ਵਾਡੀ ਅਧਿਆਪਕ ਲਖਪਤ ਰਾਏ ਜੀ ਅਤੇ ਸਰਦਾਰ ਬਲਦੇਵ ਸਿੰਘ ਜੀ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੇ ਲਈ ਪ੍ਰੇਰਿਤ ਕੀਤਾ। ਜਿੱਥੇ ਬੱਚੇ ਧੰਨਵਾਦ ਦੇ ਪਾਤਰ ਨੇ, ਬੱਚਿਆਂ ਦੇ ਪੇਰੈਂਟਸ ਵੀ ਉਨੇ ਹੀ ਧੰਨਵਾਦ ਦੇ ਪਾਤਰ ਨੇ ਜਿਨ੍ਹਾਂ ਦੀ ਬਦੌਲਤ ਬੱਚੇ ਇੰਨੇ ਸ਼ਾਈਨਿੰਗ ਯਾਨੀ ਕਿ ਆ ਰਹੇ ਹੈਗੇ ਨੇ। ਕੋਮਲ ਕੋਮਲ ਸ਼ਾਬਾਸ਼ ਪੁੱਤਰ, ਇਹਦੇ ਨੰਬਰ ਹੈ ਨੇ 1119-1200 ਦੇ ਵਿੱਚੋਂ 93% 93.25%, ਬਹੁਤ ਸੋਹਣਾ। ਤੁਸੀਂ 6ਵੀਂ ਜਮਾਤ ਦਾ 3ਜੀ ਪੁਜੀਸ਼ਨ ਹੈਗੀ ਹੈ ਸਿਰਜਾ ਸਵਰਨ ਸਿੰਘ ਜੀ ਦੀ, ਸ਼ਾਬਾਸ਼। 1118 ਨੰਬਰ, ਇਹ ਵੀ ਲਗਭਗ ਬਰਾਬਰ ਹੀ ਸੀ, ਫਸਟ ਸੈਕੰਡ ਥਰਡ ਦਾ ਸਿਰਫ ਇੱਕ ਨੰਬਰ ਦਾ ਫਰਕ ਹੈਗਾ, ਲਗਭਗ ਤਿੰਨੇ ਬੱਚੇ ਅਸੀਂ ਕਹਾਂਗੇ ਇੱਕ ਇੱਕ ਪੁਆਇੰਟ ਦਾ ਫਰਕ ਹੈਗਾ, ਬੱਚੇ ਸਾਰੇ 93% ਦੇ ਵਿੱਚ ਹੀ ਹੈਗੇ ਨੇ। ਸੋ ਬਹੁਤ ਬਹੁਤ ਯਾਨੀ ਕਿ ਵਧਾਈਆਂ ਇਹਨਾਂ ਦੇ ਪੇਰੈਂਟਸ ਨੂੰ ਵੀ। ਇਸ ਤੋਂ ਇਲਾਵਾ ਬਾਕੀ 6ਵੀਂ ਜਮਾਤ ਦਾ ਰਿਜ਼ਲਟ ਜਿਹੜਾ ਹੈਗਾ, ਕੋਈ ਵੀ ਬੱਚਾ 6ਵੀਂ ਦਾ ਫੇਲ ਨਹੀਂ ਹੋਇਆ, ਸਾਰਿਆਂ ਨੇ ਬੜੇ ਵਧੀਆ ਨੰਬਰ ਲਏ ਨੇ, ਬਾਕੀ ਸਾਰੇ ਹੀ ਪਾਸ ਨੇ। ਹੁਣ 6ਵੀਂ ਬੀ ਦਾ ਸਭ ਤੋਂ ਪਹਿਲਾਂ ਬਈ ਜਿਹੜਾ ਫਸਟ ਬੱਚਾ ਜਿਹਨੇ ਟੌਪ ਕੀਤਾ ਹੈਗਾ ਸਾਨੀਆ, ਸਾਨੀਆ ਦੇ ਵੀ 1098 ਨੰਬਰ ਨੇ ਬਈ, 1200 ਦੇ ਵਿੱਚੋਂ 91.5% ਨੰਬਰ ਨੇ, ਬਹੁਤ ਵਧੀਆ ਬਈ। ਸੈਕਿੰਡ ਪੁਜੀਸ਼ਨ ਹੈਗੀ ਹੈ ਕਿਰਪਾ ਬਈ, ਸ਼ਾਬਾਸ਼ ਪੁੱਤਰ ਹੋ ਬਈ, ਇਹਦੇ ਵੀ ਉਹਦੇ ਲਗਭਗ ਬਰਾਬਰ ਬਈ, 1085 ਨੰਬਰ, 90.4% ਨੰਬਰ ਬਈ, ਸੈਕਿੰਡ ਪੁਜੀਸ਼ਨ। ਤੀਜੀ ਪੁਜੀਸ਼ਨ 6ਵੀਂ ਬੀ ਦੀ ਰਾਗਨੀ, ਰਾਗਨੀ ਸ਼ਾਬਾਸ਼, ਬਹੁਤ ਵਧੀਆ ਪੁੱਤਰ, ਇਹਦੇ ਵੀ ਇੱਕ ਨੰਬਰ ਦਾ ਸਿਰਫ ਫਰਕ ਹੈ ਬਈ, 1084 ਨੰਬਰ ਬਈ, ਇਹ ਵੀ 90.3%। ਸੋ 7ਵੀਂ ਏ ਦਾ ਸਭ ਤੋਂ ਪਹਿਲਾ ਬਈ ਫਸਟ ਸਟੂਡੈਂਟ ਰਾਖੀ, ਵੈਰੀ ਗੁੱਡ। ਇਹਨਾਂ ਦੇ ਇੰਚਾਰਜ ਬਈ ਪਲੀਜ਼ ਨਾਲ ਆਈਓ, ਕਿਉਂਕਿ ਬੱਚਿਆਂ ਨੇ ਜਿੰਨੀ ਮਿਹਨਤ ਕੀਤੀ ਹੈ, ਇੰਚਾਰਜ ਵੀ ਉਨੀ ਮਿਹਨਤ ਕੀਤੀ, ਉਨੀ ਵਧਾਈ ਦੇ ਪਾਤਰ ਨੇ ਜਿੰਨੇ ਕਿ ਇਹਨਾਂ ਦੇ ਪੇਰੈਂਟਸ ਦੇ ਬੱਚੇ ਨੇ ਬਈ। ਇਹਦੇ 568.5 ਨੰਬਰ ਨੇ, 94.75%, ਬਹੁਤ ਵਧੀਆ ਬਈ। ਸੋ ਸੈਕਿੰਡ ਪੁਜੀਸ਼ਨ ਉਰਮਲਾ ਪਾਲ, ਸੋ 7ਵੀਂ ਬੀ ਬਈ ਉਰਮਲਾ, ਫਸਟ ਪੁਜੀਸ਼ਨ। ਸੋ ਇਹਦੇ ਨੰਬਰ ਨੇ 539 ਨੰਬਰ 600 ਦੇ ਵਿੱਚੋਂ ਨੇ, 99.8% ਬਈ, ਬਹੁਤ ਸੋਹਣੇ ਨੰਬਰ ਇਸ ਬੇਟੀ ਦੇ ਬਈ। ਸੋ ਸੈਕਿੰਡ ਪੁਜੀਸ਼ਨ ਰਜਨੀ ਸੁਹੋਤਾ, 508 ਨੰਬਰ ਬਈ, 84.6% ਨੰਬਰ ਇਸ ਬੇਟੀ ਦੇ ਬਈ। ਸੋ ਥਰਡ ਪੁਜੀਸ਼ਨ ਕੋਮਲਪ੍ਰੀਤ ਕੌਰ, ਕੋਮਲਪ੍ਰੀਤ ਬਈ ਹਰਨੇਕ ਸਿੰਘ ਜੀ, ਰਮਨੀਤ ਕੌਰ 8ਵੀਂ ਏ, ਜੀਵਨ ਦਾਸ ਦੀ ਬੇਟੀ। ਸੋ ਇਹ 1043 ਨੰਬਰ 1200 ਦੇ ਵਿੱਚੋਂ ਇਸ ਬੇਟੀ ਨੇ ਲਏ ਨੇ ਸੈਕਿੰਡ ਪੁਜੀਸ਼ਨ, ਬਹੁਤ ਸੋਹਣੇ ਨੰਬਰ ਬਈ, ਤਾੜੀਆਂ ਮਾਰ ਦਿਓ ਵੀਰ ਜੀ।
ਇਹ ਥਰਡ ਪੋਜੀਸ਼ਨ ਹੈ ਵੀ ਨੌਵੀਂ ਹੈ ਸੁਨੇਹਾ ਡਾਕਟਰ ਪ੍ਰਮੋਦ ਕੁਮਾਰ ਵੈਰੀ ਗੁੱਡ ਪੁੱਤਰ ਬਹੁਤ ਹੀ ਸੋਹਣੇ ਨੰਬਰ ਬਈ 650 ਦੇ ਵਿੱਚੋਂ 620 ਨੰਬਰ ਨੇ ਬਈ 95.4% ਦੇ ਸਰ ਧੰਨਵਾਦ ਜੀ ਡਾਕਟਰ ਇਹ ਬੇਟੀ ਅਤੇ ਨਾਲ ਇਹਦਾ ਯਾਨੀ ਕਿ ਸਾਰੇ ਕਲਾਸ ਟੀਚਰ ਤੋਂ ਇਲਾਵਾ ਬਾਕੀ ਸਾਰੇ ਟੀਚਰ ਜਿਹੜੇ ਨੂੰ ਪੜ੍ਹਾਉਂਦੇ ਨੇ ਨਾਲ ਇਹਨਾਂ ਦੇ ਪੇਰੈਂਟਸ ਦੇ ਥਰਡ ਪੁਜੀਸ਼ਨ ਹੈਗਾ ਬਈ ਖੁਸ਼ੀ ਡਾਕਟਰ ਸੰਜੀਵ ਕੁਮਾਰ 597 ਨੰਬਰ 650 ਦੇ ਵਿੱਚੋਂ 91.8% ਨੰਬਰ ਪਏ ਬਹੁਤ ਸੋਹਣੇ ਨੰਬਰ ਪਏ ਨੌਵੀਂ ਬੀ ਦਾ ਇਸੇ ਤਰੀਕੇ ਬਈ ਫਸਟ ਪੁਜੀਸ਼ਨ ਨੌਵੀਂ ਬੀ ਦੀ ਹਨੀਸ਼ਾ ਰਾਣੀ ਸੈਕਿੰਡ ਪੁਜੀਸ਼ਨ ਅੰਜਲੀ ਡਾਕਟਰ ਰਿੰਕੂ ਵਰਮਾ ਇਹਦੇ 599 ਨੰਬਰ ਨੇ ਵੀ 650 ਦੇ ਵਿੱਚੋਂ 90.6% ਨੰਬਰ ਹੈਗੇ ਨੇ ਜੀ ਬਹੁਤ ਸੋਹਣੇ ਨੰਬਰ ਮੇਰੇ ਸੈਕਿੰਡ ਪੁਜੀਸ਼ਨ ਅੰਜਲੀ ਡਾਕਟਰ ਸੁਰਜੀਤ ਕੁਮਾਰ ਅੰਜਲੀ ਆਏ ਜੀ ਸ਼ਾਬਾਸ਼ 300 ਨੰਬਰ 450 ਦੇ ਵਿੱਚੋਂ ਬਹੁਤ ਸੋਹਣੇ ਨੰਬਰ ਦੇ ਤਾੜੀਆਂ ਦੇ ਇਹਨਾਂ ਵਾਸਤੇ ਵੋਕੇਸ਼ਨਲ ਗਰੁੱਪ ਦੇ ਵਿੱਚੋਂ ਇਹ ਸੈਕਿੰਡ ਪੁਜੀਸ਼ਨ ਬੇਟੀ ਦੀ ਆਈ ਬਈ ਬਹੁਤ ਵਧੀਆ ਬਈ ਸੋ ਇਹਨਾਂ ਦੇ ਹਾਂ ਵੀਨਾ ਮੈਡਮ ਉਹਨਾਂ ਦੀ ਡਿਊਟੀ ਹੈਗੀ ਇਸ ਕਰਕੇ ਨਹੀਂ ਆ ਸਕੇ ਸੋ ਕਿਰਨਪ੍ਰੀਤ ਕੌਰ 389 ਨੰਬਰ 84.2% ਮਾਰਕਸ ਬਹੁਤ ਸੋਹਣਾ ਬਈ ਸ਼ਾਬਾਸ਼ ਤਾੜੀਆਂ ਬਾਈ